ਐਸਵੇਲੇ ਦੀ ਅਹਿਮ ਖਬਰ ਚੰਡੀਗੜ੍ਹ ਚ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਤੇ ਦੇਰ ਰਾਤ ਅਣਪਛਾਤੇ ਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਹਨਾਂ ਤੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ। ਹਾਲਾਂਕਿ ਇਸ ਦੌਰਾਨ ਦੀਪਾ ਦੁਬੇ ਵਾਲ-ਵਾਲ ਬਚ ਗਈ। ਹਾਲਾਂਕਿ ਪਰਿਵਾਰ ਦੇ ਹੋਰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਚੰਡੀਗੜ੍ਹ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। भैया मुझे तो समझ में नहीं आ रहा, मेरा तो दिमाग ही इतना सुन हुआ है कि मेरे साथ हुआ क्या। मेरी कोई किसी से दुश्मनी नहीं है, ना ही मेरा कोई दुश्मन है, लेकिन आज एकदम जब 12:30-12:15 के करीब हम लोग अपने गेस्ट को छोड़ने बाहर परिवार के साथ गए, तो एकदम ही मेरे घर के बिल्कुल 20 फुट की फासले पे पार्क है, वहां से गोलियों की आवाजें हमारी तरफ आने लगी और हमने अपने आप को गाड़ियों के पीछे छुपाया। और उसके बाद बहुत सारे लड़के इकट्ठे हो गए और उन्होंने उसके बाद एक सड़क पे जाती हुई गाड़ी को भी तोड़ा और उसके ऊपर भी फायर हुआ या ये नहीं पता, लेकिन पुलिस को जब इन्फॉर्म हमने PCR को किया, मौके पे SHO साहब आए, DSP आए और उनकी पूरी टीम आई, पूरी वीडियोग्राफी हुई और उसके बाद उनको दो खोल जो है वो बरामद हो चुके हैं और उन्होंने दो लोगों को राउंड अप भी किया है। और मुझे आपके माध्यम से यही कहना है कि मैं आज तक मुझे ऐसा नहीं लगता था कि ऐसा कुछ होने वाला है, लेकिन आज मैं बहुत सहमी हुई हूँ क्योंकि मेरे परिवार की और मेरी जो जान का खतरा जो बना हुआ है वो आपके सामने है और मुझे इसके लिए प्रोटेक्शन चाहिए। जानकारी मुताबिक चंडीगढ़ महिला कांग्रेस प्रधान दीपा दुबे सेक्टर 15 च रहिंदी है। एतवार देर रात करीब 12:30 बजे वो अपने घर आए कुछ मेहमानों नु छड्डन लई घर दे बाहर आए। इस दौरान पार्क च घात लै के बैठे हमलावरां ने अचानक दीपा दुबे नु निशाना बनाउंदे होए उन्हां ते गोलियां चला दित्तियां। हमलावरां ने एक तो बाद एक 5 गोलियां चलाईयां। दीपा दुबे ते परिवार वल्लों रौला पाउण ते हमलावर हनेरे दा फायदा चुकदे होए फरार हो गए। इसकी सूचना मिलते ही पुलिस तुरंत मौके पर पहुंची है, मामले की जांच शुरू कर दी गई है। फिलहाल इस घटना में दीपा दुबे बाल बाल बच गई है। गराइया के एक इलाके में बीते दिन इंसानियत को शर्मसार करने वाली घटना सामने आई थी, जिथे एक नशेड़ी नौजवान ने 12 साल बच्ची को मौत के घाट उतार दिया। पुलिस अधिकारियों के मुताबिक दसा जा रहा है कि 13 साल की लड़की अपने घर तो गई सी ते वापस नहीं मुड़ी, जिसकी रिपोर्ट दर्ज कराई गई है। ते जदों लड़की नो लभन की कोशिश की गई तो उसके घर तो कुछ ही दूर एक शख्स के घर तो उसकी लाश बरामद हुई, जिसके बाद पूरे मामले की जांच की जा रही है। ਸਾਨੂੰ ਇਨਫੋਰਮੇਸ਼ਨ ਆਈ ਸੀ 4:15 ਨਾ ਰੁੜਕੀ ਪਿੰਡ ਤੋਂ, 12-13 ਸਾਲ ਦੀ ਲੜਕੀ ਆ, ਮਤਲਬ ਘਰੋਂ ਕਦੇ ਗਈ ਤੇ ਕਹਿੰਦੇ ਵਾਪਸ ਨਹੀਂ ਮੁੜੀ ਤੇ ਨਹੀਂ ਪਤਾ ਕਿੱਥੇ ਗਈ ਆ, ਅਤੇ ਉਹਦੀ ਇਨਫੋਰਮੇਸ਼ਨ ਆਈ ਸੀ ਜਿਹੜੀ ਅਤੇ ਉਹ ਚੌਕੀ ਚਾਰਜ ਨੂੰ ਮੈਂ ਭੇਜਿਆ ਸੀ ਉੱਥੇ ਮੌਕੇ 'ਤੇ ਜਾ ਕੇ ਵੇਖੋ ਕੀ ਸਿਚੁਏਸ਼ਨ ਹੈ। ਅਤੇ ਉਹ ਮਤਲਬ ਭਾਲ ਕਰ ਰਹੇ ਸੀ ਜਿਹੜੀ ਆ ਲੜਕੀ ਦੀ ਡੈੱਡ ਬੋਡੀ ਮਿਲੀ ਆ, ਉੱਥੇ ਲੱਗ ਗਏ ਗੁਆਂਢ ਹੀ ਘਰ ਆ ਗੁਰਪੀ ਦੀ ਗੋਪੀ ਦਾ, ਅਤੇ ਜੋ ਵੀ ਹੈਗਾ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਕੁਝ ਸੱਟਾਂ ਵੀ ਵੱਜੀਆਂ ਹੋਈਆਂ ਸਨ, ਜਿਸ ਦੇ ਚੱਲਦਿਆਂ ਕਤਲ ਤੋਂ ਪਹਿਲਾਂ ਰੇਪ ਦਾ ਅੰਦਾਜ਼ਾ ਵੀ ਜਿਤਾਇਆ ਜਾ ਸਕਦਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ, ਗੁਜਰਾਤ ਦੇ CM ਵਿਜੇ ਰੂਪਾਨੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਦੱਸਦੀ ਕਿ ਬੀਤੇ ਦਿਨੀ ਵਿਜੇ ਰੂਪਾਨੀ ਪ੍ਰੋਗਰਾਮ ਦੌਰਾਨ ਚੱਕਰ ਆ ਕੇ ਡਿੱਗ ਪਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਦੇ ਅਨੁਸਾਰ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਉਹਨਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਦੱਸਦੇ ਕਿ ਕੱਲ੍ਹ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਵਿਜੇ ਰੂਪਾਨੀ ਬਰੰਦੜਾ ਪਹੁੰਚੇ ਸਨ। ਸਟੇਜ ਤੋਂ ਭਾਸ਼ਣ ਦੇਣ ਦੇ ਦੌਰਾਨ ਉਹ ਚੱਕਰ ਖਾ ਕੇ ਡਿੱਗ ਪਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਪਰੰਤੂ ਅੱਜ ਉਹਨਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਪੰਜਾਬ ਅੰਦਰ 3 ਥਾਵਾਂ ਤੇ ਕੱਲ ਨੂੰ ਮੁੜ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਨੇ। ਰਾਜ ਚੋਣ ਕਮਿਸ਼ਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ, ਪਾਤੜਾਂ ਤੇ ਸਮਾਣਾ ਦੇ 3 ਸੂਬਿਆਂ ਦੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ 3 ਚੋਣ ਬੂਥਾਂ ਤੇ ਕੱਲ ਦੁਬਾਰਾ ਵੋਟਾਂ ਪੈਣਗੀਆਂ। ਸਮਾਣਾ ਦੇ ਵਾਰਡ ਨੰਬਰ 11 ਦੇ ਬੂਥ ਨੰਬਰ 22 ਤੇ 23 ਤੇ ਦੁਬਾਰਾ ਵੋਟਾਂ ਪੈਣਗੀਆਂ।
ਪਾਤੜਾ ਦੇ ਵਾਰਡ ਨੰਬਰ 8 ਦੇ ਬੂਥ ਨੰਬਰ 11 ਵਿੱਚ ਮੁੜ ਵੋਟਾਂ ਪੈਣ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਇਹਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਸੈਕਸ਼ਨ 59 ਸਬ ਸੈਕਸ਼ਨ 2 ਕਲੋਜ਼ A ਅਧੀਨ ਇਹਨਾਂ ਤਿੰਨਾਂ ਸੂਬਿਆਂ ਤੇ ਪਹਿਲਾਂ ਪਵਾਈਆਂ ਵੋਟਾਂ ਨੂੰ ਰੱਦ ਕਰਦਿਆਂ ਇਹਦੇ ਨਵੇਂ ਸਿਰ ਤੋਂ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਨੇ। ਚੋਣ ਕਮਿਸ਼ਨ ਵੱਲੋਂ ਰਿਟਾਇਰਿੰਗ ਅਫਸਰਾਂ ਵੱਲੋਂ ਇਹਨਾਂ ਤਿੰਨ ਸੂਬਿਆਂ ਵਿੱਚ EVM ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਰਿਪੋਰਟ ਭੇਜਣ ਤੋਂ ਬਾਅਦ ਦੁਬਾਰਾ ਵੋਟਾਂ ਪਵਾਉਣ ਦਾ ਫੈਸਲਾ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹਨਾਂ ਤਿੰਨਾਂ ਬੂਥਾਂ ਤੇ ਹੁਣ ਮਿਤੀ 16 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਤੇ ਗਿਣਤੀ 17 ਫਰਵਰੀ 2021 ਨੂੰ ਹੋਵੇਗੀ। बीते दिन रूपनगर च वोटिंग दौरान हिंसा हुई। वार्ड नंबर 1 च अकाली अते कांग्रेसियां दौरान राज के इटा रोड़े ते किरपाना चलियां, जिस दौरान एक दर्जन तो वध व्यक्ति जख्मी हो गए। कांग्रेसियां वल्लों अकालियां ते दोष लगाए जा रहे ने कि अकाली दल दे वर्कर वोटरां नूं पैसे वंड रहे सन, जिन्हां नूं रोक लिए झगड़ा होया। सारे गल होई कि कुछ अकाली दल दे उम्मीदवार अचर सिंह, लखवीर सिंह, लेखराज सेवक, ਮੀਤਾ ਰਵੀ, ਇਹ ਲੋਕ ਪਹਿਲਾਂ ਤਾਂ ਇਹ ਬੂਥ ਦੇ ਆਲੇ ਦੁਆਲੇ ਜੀ ਪੈਸੇ ਵੀ ਵੰਡ ਰਹੇ ਸੀਗੇ ਜੀ, ਭਾਈ 1000 ਰੁਪਇਆ ਵੋਟ ਲਓ, ਉਹ ਵੋਟ ਅਕਾਲੀ ਦਲ ਨੂੰ ਪਾਓ। ਉਸ ਤੋਂ ਬਾਅਦ ਆਪਾਂ ਇੱਥੋਂ ਹਟਾਇਆ ਜੀ, ਫਿਰ ਇਹ ਚਲੇ ਗਏ ਜੀ ਮੁਹੱਲੇ 'ਚ, ਉੱਥੇ ਜਾ ਕੇ ਇਹਨੇ ਪੈਸੇ ਵੰਡਣੇ ਸ਼ੁਰੂ ਕਰਤੇ। ਜਦੋਂ ਸਾਡਾ ਬੰਦੇ ਉੱਥੇ ਜਾ ਕੇ ਵੇਖਿਆ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਪੈਸੇ ਨਾ ਵੰਡੋ, ਅਤੇ ਸਾਡੇ ਬੰਦੇ 'ਤੇ ਇਹਨੇ ਤੇਜ਼ਧਾਰ ਹਮਲਾ ਦਾ ਹਥਿਆਰ ਨਾਲ ਜੀ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਸਾਡਾ ਬੰਦਾ ਘੇਰ ਲਿਆ ਮੌਕੇ 'ਤੇ। ਸਰ ਅਸੀਂ ਉੱਥੇ ਪਹੁੰਚ ਗਏ ਵੀ ਸਾਡੇ ਜਾ ਆਪਸ 'ਚ ਤਕਰਾਰ ਹੋਇਆ, ਗੱਲ ਇੱਥੋਂ ਵਧੀ ਕਿ ਸਾਡੇ ਘਰਦਿਆਂ ਨੇ ਘਰਾਓ ਕੀਤਾ, ਪੱਥਰਬਾਜ਼ੀ ਕੀਤੀ ਅਤੇ ਸਾਡੇ ਘਰ 'ਤੇ ਹਮਲਾ ਕੀਤਾ ਜੀ। ਛੋਟੇ ਬੱਚਾ ਜੀ ਬਹੁਤ ਆਪਣੀ ਮੁਸ਼ਕਲ ਜਾਨ ਬਚਾਈ ਜੀ, ਸ਼ਹਿਰ ਮੈਨੂੰ ਗੁੰਡਾਗਰਦੀ ਕੀਤੀ ਹੈ ਜੀ। ਤੁਸੀਂ ਦੋਸ਼ ਲਗਾ ਰਹੇ ਆ ਵੀ ਪੈਸੇ ਵੰਡ ਰਹੇ ਸੀ, ਕੋਈ ਸਬੂਤ ਹੈਗਾ ਕੋਈ? ਸਰ ਸਬੂਤ ਕੀ, ਜਿਹੜੇ ਮੈਨੂੰ ਕੋਈ ਪੈਸੇ ਸੀਗੇ ਇਹਨਾਂ ਨੇ ਮੁੰਡਾ ਭਜਾਤਾ ਜੀ ਉੱਥੋਂ ਮੌਕੇ 'ਤੇ। ਇੱਕ ਗੱਲ ਦੱਸੋ, ਉੱਪਰੋਂ ਪੱਥਰ ਬਹੁਤ ਜ਼ਿਆਦਾ ਵੱਢ ਰਿਹਾ ਸੀ, ਨੀਚੇ ਨੀਚੇ ਵੀ ਪੱਥਰ ਮਾਰੇ ਜਾ ਰਹੇ ਸਰ। ਸਰ ਆਪਣੇ ਸਰ ਕਿੰਨੇ ਬੰਦੇ ਸੱਟ ਚੋਟ ਲੱਗੀ? ਸਰ ਪੱਥਰ ਨਾਲ ਕੋਈ ਨਹੀਂ ਲੱਗੀ ਹੈ, ਇਹ ਆਪਣੇ ਬਚਾਅ 'ਚ ਮਾਰੇ ਜੋ ਉਹਨਾਂ ਨੇ ਘਰੇ ਅਟਾ ਕੀਤਾ ਜੀ, ਫਿਰ ਇਹ ਚੜ ਗਏ ਕੋਠੇ 'ਤੇ। ਅੱਛਾ, ਆਪਣੇ ਬਚਾਅ 'ਚ ਕੋਠੇ 'ਤੇ ਮਾਰੇ ਪੱਥਰ ਮਾਰੇ, ਜੇ ਪੱਥਰ ਨਾ ਮਾਰਦੇ ਕੋਠੇ ਤੋਂ ਉਹਨਾਂ ਬੰਦੇ ਨੇ ਅੰਦਰ ਆ ਕੇ ਹਮਲਾ ਕਰ ਦਿੱਤਾ। ਨੌਬਤ ਕਿਉਂ ਬਣੀ ਉਹ ਸਾਰੀ ਜੋ ਹੋਈ ਗੱਲ? ਨੌਬਤ ਇਹ ਬਣੀ ਆ ਵੀ ਅਕਾਲੀ ਦਲ ਦਾ ਉਮੀਦਵਾਰ ਵੱਡੀ ਬੋਰਡ ਤੋਂ ਹਾਰ ਰਿਹਾ ਜੀ, ਉਹ ਹੁਣ ਪੈਸੇ ਨਾਲ ਵੋਟ ਖਰੀਦ ਰਿਹਾ ਸੀਗਾ ਜੀ। ਤੇ ਹੁਣ ਕੋਈ ਸ਼ਿਕਾਇਤ ਕਰੀ ਪੁਲਿਸ ਨੂੰ? ਕੀ ਗੱਲਬਾਤ ਹੈ ਸਰ? ਹਾਲੇ ਹਲੇ ਸ਼ਿਕਾਇਤ ਤਾਂ ਕਰੀ ਨਹੀਂ ਆ, ਮੇਰੇ ਭਰਾ ਦੇ ਬਾਂਹ ਦੇ ਕੁਰਬਾਨ ਵੱਜੇ ਜੀ, ਕਾਫੀ ਲੈ ਕੇ ਗਏ ਪੁਲਿਸ ਵਾਲੇ, ਪੁਲਿਸ ਨੇ ਲੈ ਗਿਆ ਜੀ। ਬਾਕੀ ਜੋ ਬੰਦੀ ਕਾਰਵਾਈ ਪੁਲਿਸ ਇਹਨਾਂ ਦੇ ਕਰੇ ਹਨ ਜੀ, ਤੇ ਬਹੁਤ ਇਹਨਾਂ ਨੇ ਗੁੰਡਾਗਰਦੀ ਵਿਖਾਈ ਆ ਜੀ। ਇੱਕ ਨੰਬਰ ਵਾਰਡ ਸਦਰ ਕਿਰਪਾਨ ਕਿਹਨੇ ਮਾਰੀ, ਕਿਹਦੇ ਵੱਜੀ ਇਹ ਕਿਰਪਾਨ? ਅਚਰ ਸਿੰਘ ਨੇ ਮਾਰੀ ਆ ਜੀ, ਤੇ ਕਾਫੀ ਸੱਟਾਂ ਰਵੀ ਨੇ ਮਾਰੀ ਆ ਜੀ, ਜੋ ਅਨੁਗੋਪ ਸੱਟਾਂ ਨੇ ਸ਼ਾਇਦ ਹੋਰ ਹੀ ਹੋ ਸਕਦੀਆਂ, ਪਤਾ ਕੋਈ ਨਹੀਂ ਹੈ, ਹਲੇ ਚੰਗੀ ਤਰ੍ਹਾਂ ਦੇਖਿਆ ਵੀ ਹੈ। ਅਕਾਲੀ ਦਲ ਵਾਲੇ ਤੁਹਾਡੇ ਤੇ ਦੋਸ਼ ਲਾ ਰਹੇ ਆ, ਦੋਸ਼ ਲਾ ਰਹੇ ਵੀ ਤੁਸੀਂ ਗੁੰਡਾਗਰਦੀ ਕੀਤੀ ਹੈ? ਨਹੀਂ ਬਿਲਕੁਲ ਨਹੀਂ ਸਰ, ਬਿਲਕੁਲ ਵੀ ਨਹੀਂ ਜੀ, ਇਹ ਗੁੰਡਾਗਰਦੀ ਇਹੀ ਕਰ ਰਹੇ ਆ ਜੀ। ਲੜਾਈ ਝਗੜਾ ਇੱਦਾਂ ਹੋ ਗਿਆ, ਪੈਸੇ ਵੰਡ ਰਹੇ ਸੀਗੇ ਅਕਾਲੀ, ਠੀਕ ਹੈ, ਸਾਡੇ ਮੁੰਡੇ ਵੀ ਘੁੰਮ ਰਹੇ ਸੀਗੇ ਉੱਥੇ, ਪਹਿਲੇ ਸਾਡੇ ਮੁੰਡੇ ਦਾ ਹਮਲਾ ਕਰਿਆ ਜੀ, ਫਿਰ ਉਸ ਤੋਂ ਬਾਅਦ ਜਦੋਂ ਆਪਾਂ ਗਏ ਮੇਰੇ ਵੀ ਕਿਰਪਾਨ ਮਾਰੀ ਉਹਨਾਂ ਨੇ, ਫਿਰ ਘਰ 'ਤੇ ਅਟੈਕ ਕਰਿਆ, ਪੁਲਿਸ ਦੇ ਸਾਹਮਣੇ ਕਰਿਆ ਉੱਥੇ। ਕਿਹਦੇ ਘਰ 'ਤੇ ਅਟੈਕ ਕਰਿਆ? ਸਾਡੇ ਘਰੇ ਆ ਨਾਲ ਸਾਡੀ ਕੋਠੀ। ਕਿਹੜੀ ਗੱਲ ਤੋਂ ਕਰਿਆ? ਆਹੀ ਗੱਲ ਜਿਹੜੀ ਲੜਾਈ ਹੋਈ ਆ ਉੱਥੇ ਆਪਣੀ, ਅਕਾਲੀ ਦਲ ਵਾਲਿਆਂ ਦਾ ਦੋਸ਼ ਹੈ ਵੀ ਪਹਿਲ ਤੁਸੀਂ ਕਰੀ, ਤੁਸੀਂ ਗੁੰਡਾਗਰਦੀ ਕਰ ਰਹੇ ਹੋ? ਗੁੰਡਾਗਰਦੀ ਤਾਂ ਉਹਨਾਂ ਨੇ ਕਰੀ, ਸਾਡੇ ਸਾਹਮਣੇ ਦੇਖ ਲਓ ਜੀ, ਕੱਪੜੇ ਫਟੇ ਹੋਏ, ਕਿਰਪਾਨ ਮਾਰੀ ਜੀ ਉਹਨਾਂ ਨੇ। ਤੇ ਹੁਣ ਪੁਲਿਸ ਕੋਲ ਕੋਈ ਸ਼ਿਕਾਇਤ ਕਰੀ ਹੈ ਤੁਸੀਂ ਕਿ ਉਹਨਾਂ ਨੇ ਕੋਈ? ਹਾਂਜੀ, ਪੁਲਿਸ ਦੇ ਬਾਵਜੂਦ ਵੀ ਉਹਨਾਂ ਨੇ ਢਰੋੜੇ ਚਲਾਏ ਇੱਧਰ ਸਾਡੀ ਕੋਠੀ ਜਾ ਕੇ, ਘਰ 'ਤੇ ਵੀ ਹਮਲਾ ਕਰਿਆ। ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ, ਲਿਖਤੀ ਕੋਈ? ਪੁਲਿਸ ਨੇ ਆਪ ਹੀ ਮੌਕਾ ਦੇਖ ਲਿਆ ਜੀ, ਸੀਟ ਕੱਢਣੀ ਜਿੱਦਾਂ ਮਰਜ਼ੀ ਕੱਢੀਏ ਤੇ ਧੱਕੇਸ਼ਾਹੀ ਕਰਦੇ ਜੀ, ਬਦਮਾਸ਼ੀ ਕਰਦੇ, ਪਹਿਲਾਂ ਵੀ ਪਹਿਲਾਂ ਗੁੰਡਾਗਰਦੀ ਕਰਦੇ ਸ਼ੁਰੂ ਤੋਂ ਹੀ, ਬਾਕੀ ਪੁੱਛਿਆ ਜਾਏ ਸਾਰਿਆਂ ਨੂੰ ਪਤਾ ਰਿਕਾਰਡ ਦੇਖਿਆ ਜਾਵੇ। ਇਹ ਤਾਂ ਪੁਣ ਦੇਖੇ ਜੇ ਸਾਡੇ ਇਹਨਾਂ ਕਿਰਪਾਨਾ ਹਮਲਾ ਕਰਤੇ ਫਿਰ ਉਹਨਾਂ 'ਚ ਕੋਈ ਵੱਜਦਾ ਵੀ ਨਾ। 10 ਬੰਦੇ ਇਹ ਬਾਹਰੋਂ ਬੰਦੇ ਬੁਲਾਏ ਸੀ ਇਹਨਾਂ ਨੇ, ਬਾਕੀ ਇਹਨਾਂ ਦੀ ਗੱਡੀਆਂ ਪਹਿਲਾਂ ਕਿਰਪਾਨਾ ਸਨ। ਫਿਰ ਪਹਿਲਾਂ ਜਦੋਂ ਝਗੜਾ ਹੈ ਮਾੜਾ, ਪਹਿਲਾਂ ਬਹਿਸ ਹੋਈ ਨਾ, ਉਹ ਕਹਿੰਦੇ ਸ਼ਾਮ ਨੂੰ ਅਸੀਂ ਤੈਨੂੰ ਮੇਰੇ ਬ੍ਰਦਰ ਨੂੰ ਕਹਿੰਦੇ ਤੈਨੂੰ ਜਾਨ ਤੋਂ ਮਾਰ ਤੇਰੇ ਪੀਸ ਕਰਦੇ, ਤੈਨੂੰ ਸ਼ਾਮ ਨੂੰ ਛੱਡਾ। ਕਿਰਪਾਨ ਮਾਰੀ ਮੇਰੇ, ਪੱਥਰਬਾਜ਼ੀ ਵਿੱਚ ਪੱਥਰਬਾਜ਼ੀ, ਬਾਅਦ 'ਚ ਉਹਨਾਂ ਦੇ ਵਿੱਚ ਜਨਾਨੀਆਂ ਵਿੱਚ ਪੱਥਰ ਮਾਰਨ ਲੱਗ ਗਈਆਂ ਸਾਰੀਆਂ। ਇਹ ਕਿਉਂਕਿ ਮੇਰਾ, ਮੈਂ ਤੁਹਾਨੂੰ ਦੱਸੀ, ਇਹਨਾਂ ਦੀ ਗਲਤ ਫਹਿਮੀ ਹੋਈ, ਮਿਸ ਅੰਡਰਸਟੈਂਡਿੰਗ, ਕਿਉਂਕਿ ਮੇਰਾ ਬ੍ਰਦਰ ਨਾ ਛੋਟਾ, ਉਹ ਦੇ ਰਿਹਾ ਸੀ ਪੈਸੇ ਮੁੰਡੇ ਨੂੰ, ਉਹ ਬਾਹਰੋਂ ਆ ਰਿਹਾ ਸੀ ਗੱਡੀ ਲੈ ਕੇ, ਉਹਦਾ ਜਿਹੜਾ ਕੰਮ ਸਿੱਖਦਾ ਸੀ, ਉਹਨੇ ਕਿਹਾ 500 ਰੁਪਏ ਲੈ ਲਾ, ਤੂੰ ਆਪਣਾ ਤੇਲ ਪਵਾ ਕੇ ਚਲੇ ਜਾ ਘਰ ਨੂੰ ਵਾਪਸ। ਇਹ ਮਿਸ ਅੰਡਰਸਟੈਂਡਿੰਗ ਹੋਈ। ਹਾਂਜੀ, ਉਹ ਕਹਿੰਦੇ ਪੈਸੇ ਵੰਡ ਰਹੇ ਸੀ 1000 ਰੁਪਏ। ਨਹੀਂ, ਹੁਣ ਕਹੇ ਨੂੰ ਜੋ ਮਰਜ਼ੀ ਕਹੀ ਜੀ, ਕਿ ਉਹਨੇ ਦੇਖਿਆ ਥੋੜ੍ਹੇ ਪੈਸੇ ਵੰਡ ਰਹੇ ਜੀ, ਮੈਂ ਜਦ ਤੁਹਾਨੂੰ ਕਹਿ ਰਿਹਾ ਜੀ ਪੈਟਰੋਲ ਦਾ ਅਤੇ ਪੈਸੇ ਦੇ ਰਹੇ 500 ਰੁਪਏ ਦਿੱਤਾ ਜੀ, ਉਹਦੇ ਕੋਲ ਮੁੰਡਾ ਕੰਮ ਸਿੱਖਦਾ, ਮੇਰੇ ਬ੍ਰਦਰ ਕੋਲ, ਆਪਣੇ ਮੇਰੇ ਬ੍ਰਦਰ ਕੋਲ ਗੱਡੀ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਸਿੱਖਦਾ ਮੁੰਡਾ। ਉਹ ਕਹਿੰਦਾ ਮੈਂ ਵਿਆਹ ਜਾਣਾ, ਕਹਿੰਦਾ ਫਿਰ ਤੂੰ ਚਲੇ ਜਾ ਵਾਪਸ, ਸਵੇਰ ਦਾ ਆਇਆ ਸੀ ਉਹ,
ਤੇ ਉਹ ਵਾਪਸ ਜਾ ਰਿਹਾ ਸੀ ਉਹਨੇ ਸੋਚਿਆ ਵੀ ਇਹ ਪੈਸੇ ਦੇ ਰਿਹਾ ਉਹਦੀ ਕੋਈ ਇੱਥੇ ਨਾਲ ਵੋਟ ਨਾ ਵਾਸਤਾ ਅਤੇ ਇਹਨੇ ਬਦਮਾਸ਼ੀ ਉਹ ਤਾਂ ਸਾਰੇ ਆਮ ਕਹਿੰਦੇ ਸੀ ਸਾਡੇ ਕੋਲ ਜੋ ਢਿੱਲੋਂ ਸਾਹਿਬ ਆ ਉਹ ਕਹਿੰਦੇ ਜੋ ਮਰਜ਼ੀ ਕਰੋ ਮੈਨੂੰ ਸੀਟ ਚਾਹੀਦੀ ਆ ਅਤੇ ਉਹਨਾਂ ਨੂੰ ਪਤਾ ਵੀ ਉਹਨੇ ਸੀਟ ਨਹੀਂ ਕੱਢ ਸਕਦੇ ਅਤੇ ਇਸ ਕਰਕੇ ਗੁੰਡਾਗਰਦੀ ਕਰਦੇ ਜੀ ਕਾਲਿਆਂ ਦੇ ਵਿੱਚ ਦਾਰੂ ਔਰ ਸ਼ਰਾਬ ਵੰਡ ਰਹੇ ਆ ਇਹ ਮੁੰਡਾ ਉੱਧਰ ਨੂੰ ਗਿਆ ਇਹਨੂੰ ਜਾ ਕੇ ਪੈ ਗਏ ਅਸੀਂ ਛਡਾਣਗੇ ਜਾ ਕੇ ਸਾਰਿਆਂ ਨੇ ਹਮਲਾ ਕਿਰਪਾਨਾ ਹੁਣ ਤੁਹਾਡ੾ ਨਾਲ ਕੀ ਹੋਇਆ ਨਹੀਂ ਹੁਣ ਦੁਬਾਰਾ ਹੋਇਆ ਪਹਿਲੇ ਤਾਂ ਉੱਥੇ ਨਹੀਂ ਭਾਜੀ ਦੁਬਾਰਾ ਦੋ ਵਾਰ ਹੋ ਚੁੱਕਿਆ ਉੱਥੇ ਕੋਈ ਵੀ ਉੱਥੇ ਪੁੱਛਗਿੱਛ ਨਹੀਂ ਆ ਬਸ ਉਹਨਾਂ ਨੇ ਕਿਹਾ ਤੁਹਾਨੂੰ ਪੁਲਿਸ ਵਾਲਿਆਂ ਨੇ ਪੈਦਾ ਖਿਲਾਫ ਨੇ ਕਿਆ ਕਲੇ ਕੀਤਾ ਵਾ ਉਹ ਕੋਈ ਪੁੱਛਦਾ ਨਹੀਂ ਵਾ ਕੋਈ ਨਹੀਂ ਪੁੱਛਦਾ ਪਹਿਲਾਂ ਸਾਹਿਬ ਨੇ ਖੁੱਲ੍ਹ ਛੁੱਟੀ ਪਹਿਲਾਂ ਤਾਂ ਪੁਲਿਸ ਕਾਫੀ ਤਦਾਦ 'ਚ ਸੀ ਹੁਣ ਵੀ ਆਈ ਹੈ ਜੀ ਹੁਣ ਖੜੇ ਆ ਹੁਣ ਆ ਕੇ ਬਾਅਦ ਵਿੱਚ ਆਇਆ ਜਾਂ ਫੈਨ ਸਾਰਾ ਕੁਝ ਖੁੱਲ੍ਹ ਛੁੱਟੀ ਤੀਰ ਢਿੱਲੋਂ ਸਾਹਿਬ ਨੇ ਜੋ ਮਰਜ਼ੀ ਸਾਡੇ ਜਨਾਨੀਆਂ ਨੂੰ ਆ ਕੇ ਬੱਚਿਆਂ ਨੂੰ ਹੱਥ ਪਾਣ ਲੱਗੇ ਵਾ ਕਿਰਪਾਨਾ ਰੱਖੇ ਮੈਂ ਸਾਰਾ ਕੁਝ ਖੁੱਲ੍ਹਿਆਮ ਰੱਖਿਆ ਕੋਈ ਰੋਕ ਟੋਕ ਨਹੀਂ ਬੰਦੇ ਜ਼ਖਮੀ ਹੋਏ ਹੁਣ ਦੁਬਾਰਾ ਦੁਬਾਰਾ ਦੋ ਤਿੰਨ ਹੋਰ ਹੋਇਆ ਜੀ ਇੱਕ ਮੇਰੇ ਲੱਗੀ ਆ ਦੋ ਮੁੰਡੇ ਹੋਰ ਹੁਣ ਕਿੱਥੇ ਹੋਇਆ ਹਮਲਾ ਤੁਹਾਡੇ ਜੀ ਹੁਣ ਵੀ ਉਹ ਘਰ ਨੂੰ ਆਇਆ ਜੀ ਸਰਾਵਰ ਤਾਂ ਪਹਿਲੇ ਤਾਂ ਇੱਥੇ ਉਹਦੇ ਸਟੇਸ਼ਨ ਕੋਲ ਤੇ ਹੋਇਆ ਪਰ ਹੁਣ ਇੱਥੇ ਘਰ ਕੋਲ ਆ ਕੇ ਗਏ ਉੱਥੇ ਹੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੇ ਯੂਥ ਪ੍ਰਧਾਨ ਤੇ ਇਸ ਗੁੰਡਾਗਰਦੀ ਦੇ ਦੋਸ਼ ਲਗਾਏ ਚੀਮਾ ਸਾਹਿਬ ਵਾਰਡ ਨੰਬਰ 1 ਦੇ ਵਿੱਚ ਝਗੜਾ ਹੋਇਆ ਤੇ ਜਿਹੜੇ ਕਾਂਗਰਸੀ ਆ ਉਹ ਅਕਾਲੀਆਂ ਤੇ ਦੋਸ਼ ਲਾ ਰਹੇ ਕਿ ਅਕਾਲੀਆਂ ਵੱਲੋਂ ਜਿਹੜੀ ਮਾਰਕੁੱਟ ਕੀਤੀ ਗਈ ਕਿਰਪਾਨਾਂ ਤੇ ਹਮਲਾ ਕੀਤਾ ਗਿਆ ਮੌਕੇ ਤੇ ਤੁਸੀਂ ਪਹੁੰਚੇ ਕੀ ਸਥਿਤੀ ਹੈ ਜੀ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅੰਦਰ ਜਾ ਕੇ ਦੇਖੋ ਕਿ ਕਿੰਨੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡਾ ਕੈਂਡੀਡੇਟ ਹੈ ਉਹਦਾ ਹਸਬੈਂਡ ਉੱਥੇ ਲੇਡੀਜ਼ ਵੀ ਹੈਗੀਆਂ ਉਹਦੇ ਨੇੜਲੇ ਰਿਸ਼ਤੇਦਾਰ ਜਿਹੜੇ ਪੀਸਫੁਲੀ ਉੱਥੇ ਖੜ੍ਹੇ ਪੋਲਿੰਗ ਕਰਾ ਰਹੇ ਸੀ ਉਹਨਾਂ 'ਤੇ ਕਾਤਲਾਨਾ ਹਮਲਾ ਤੇਜ਼ ਹਥਿਆਰਾਂ ਦੇ ਨਾਲ ਹੋਇਆ ਸਾਰਿਆਂ ਦੇ ਸਿਰਾਂ ਦੇ ਉੱਤੇ ਬੜੇ ਗੰਭੀਰ ਅਤੇ ਜਿਹੜੀਆਂ ਹੈਗੀਆਂ ਸ਼ਾਰਪ ਇੰਜਰੀਜ਼ ਹੈਗੀਆਂ ਕਿਸੇ ਦੇ ਬਾਹਾਂ ਦੇ ਉੱਤੇ ਆ ਛਾਤੀ ਦੇ ਉੱਤੇ ਆ ਸਾਰੀਆਂ ਹੀ ਜਿੰਨੀਆਂ ਸੱਟਾਂ ਲੱਗੀਆਂ 7-8 ਬੰਦਿਆਂ ਦੇ ਜਿਹੜੇ ਅੰਦਰ ਦਾਖਲ ਨੇ ਮੈਂ ਦੇਖਿਆ ਬਹੁਤ ਹੀ ਗੰਭੀਰ ਨੇ ਕਿਸੇ ਦਾ ਦੰਦ ਟੁੱਟਿਆ ਹੋਇਆ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਾਤਲਾਨਾ ਹਮਲੇ ਆ ਜੇ ਇਹ 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 ਹੋਣਗੇ ਤਾਂ ਫਿਰ ਹੁਣ ਤੁਸੀਂ ਕਿੱਦਾਂ ਕਹੋਗੇ ਕਿ ਫਰੀ ਐਂਡ ਫੇਅਰ ਕੋਲ ਇਹ ਤਾਂ ਬੁਖਲਾਹਟ ਦੀ ਨਿਸ਼ਾਨੀ ਹੈ ਕਿ ਹਾਰ ਨਜ਼ਰ ਆਉਂਦੀ ਆ ਅਤੇ ਉਹਦੇ ਕਰਕੇ ਹੁਣ ਬੁਖਲਾਹਟ ਹੈ ਇੱਕ ਮੈਂ ਤੁਹਾਡੇ ਸਾਹਮਣੇ ਸਾਰਾ ਮੀਡੀਆ ਗਵਾਹ ਆ ਸਵੇਰ ਦਾ ਆਪਣੇ ਦਫ਼ਤਰ 'ਚ ਬੈਠਾ ਸੀ ਉੱਥੋਂ ਬੈਠਾ ਮੋਨੀਟਰ ਕਰ ਰਹੇ ਹਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਤਾਂ ਨਹੀਂ ਕਿਤੇ ਵੀ ਪੋਲਿੰਗ ਬੂਥ ਦੇ ਉੱਤੇ ਨਹੀਂ ਗਿਆ ਕਿਉਂਕਿ ਸਾਡਾ ਜਾਣਾ ਨਹੀਂ ਬਣਦਾ ਮੈਂ SSP ਸਾਹਿਬ ਨੂੰ ਹੁਣੇ ਪੁੱਛਿਆ ਵੀ ਕਾਂਗਰਸ ਦੇ ਲੀਡਰਾਂ ਨੂੰ ਤੁਸੀਂ ਕਿਉਂ ਖੁੱਲ੍ਹ ਦਿੱਤੀ ਹੋਈ ਆ ਕਿ ਕਾਫਲੇ ਲੈ ਕੇ ਅਤੇ ਉਹ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਡਰਾ ਰਹੇ ਆ ਜੇ ਰੋਡਿੰਗ ਤੇਰਾ ਹੈ ਤਾਂ ਲੋਕਾਂ ਨੂੰ ਮਾਰ ਥੋੜ੍ਹੀ ਦੇਣਾ ਆ ਬਰਿੰਦਰ ਢਿੱਲੋਂ ਸ਼ਰੇਆਮ ਜਿਹੜਾ ਹੈਗਾ 8-10 ਕਾਫਲਾ ਲੈ ਕੇ ਮੁੰਡੇ ਲੈ ਕੇ ਭੀੜਾਂ ਲੈ ਕੇ ਇਹ ਬੰਦਿਆਂ ਨੂੰ ਜਾ ਕੇ ਉੱਥੇ ਪ੍ਰਵੋਕ ਕਰਦੇ ਲੋਕਾਂ ਨੂੰ ਤੁਸੀਂ ਆਪੋ 'ਚ ਲੜਾ ਰਹੇ ਹੋ ਭਾਈਚਾਰਕ ਸਾਂਝ ਲੋਕਾਂ ਦੀ ਖਰਾਬ ਕਰ ਰਹੇ ਹੋ ਅਮਨ ਸ਼ਾਂਤੀ ਜਿਹੜੀ ਆ ਉਹ ਸੂਬੇ ਦੀ ਡਿਸਟਰਬ ਕਰ ਰਹੇ ਇੰਨੇ ਦਿਨ ਸੀ ਮਿਹਨਤ ਕੀਤੀ ਅਸੀਂ ਵੀ ਕੀਤੀ ਤੁਸੀਂ ਵੀ ਕੀਤੀ ਅਤੇ ਅੱਜ ਤੁਸੀਂ ਟਿਕ ਕੇ ਬਹਿਣਾ ਚਾਹੀਦਾ ਸੀ ਮੈਂ ਤਾਂ ਪੁੱਛਿਆ ਉਹਨਾਂ ਨੂੰ ਵੀ ਕਿ ਮੈਂ ਹੁਣ ਜੇ ਆ ਬੰਦੇ ਇਸ ਹਾਲਤ ਸੀਰੀਅਸ ਨਾ ਹੁੰਦੇ ਤਾਂ ਹਾਲੇ ਤੱਕ ਵੀ ਮੈਂ ਦਫ਼ਤਰ ਤੋਂ ਬਾਹਰ ਨਹੀਂ ਆਉਂਦਾ ਸੀ ਕਿੰਨੇ ਕੁ ਬੰਦੇ ਜਿਹੜੇ ਜਿਹਨਾਂ ਨੇ ਇੰਜਰੀ ਜ਼ਿਆਦਾ ਜੀ ਅੰਦਰ ਤੁਸੀਂ ਜਾ ਕੇ ਦੇਖੋ 8-8 ਰੂਲਿੰਗ ਕਿਹਾ ਹੈ ਜਦੋਂ ਇਲੈਕਸ਼ਨ ਹੁੰਦੇ ਆ MC ਦਾ ਤਾਂ ਚਲੋ ਫਰਜ਼ ਬਣਦਾ ਹੈ ਬੂਥਾਂ 'ਤੇ ਜਾਣਾ ਅਤੇ ਜਿੱਦਾਂ ਵੱਡੇ ਆਗੂ ਈਵਨ ਕਿ ਤੁਸੀਂ ਵੀ ਆ ਆਪਣੇ ਔਫਿਸ ਦੇਖੋ ਰੂਲਿੰਗ ਕੀ ਕਹਿੰਦੀ ਹੈ ਰੂਲ ਹੁੰਦਾ ਹੈ ਕਿ ਕੈਂਡੀਡੇਟ ਇਲੈਕਸ਼ਨ ਏਜੰਟ ਪੋਲਿੰਗ ਏਜੰਟ ਅਤੇ ਵੋਟਰ ਦੂਜਿਆਂ ਦਾ ਮਤਲਬ ਹੀ ਨਹੀਂ ਅੱਜ ਘੁੰਮਣ ਦਾ ਜੇ ਇਹਨਾਂ ਨੇ ਬਹਿਣਾ ਆਪਣੇ ਦਫ਼ਤਰ ਆਰਾਮ ਨਾਲ ਬੈਠਣਾ ਆਪਣੇ ਘਰ ਬੈਠਣ ਜਿਵੇਂ ਮਰਜ਼ੀ ਟੈਲੀਫੋਨ 'ਤੇ ਸੰਪਰਕ ਕਰ ਇਹ ਜਾਣ ਬੁੱਝ ਕੇ ਜਿਹੜਾ ਇਹ ਹੁਣ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ ਸੀ ਸਵੇਰ ਤਾਂ ਮੈਂ ਤਾਂ ਦੇਖ ਰਿਹਾ ਵੀ ਆਪਣੇ ਆਪ ਸ਼ਾਇਦ ਕੋਈ ਰੋਕਦਾ ਮੈਂ ਹੁਣ SSP ਸਾਹਿਬ ਨੂੰ ਵੀ ਇਹ ਗੱਲ ਜਾਪੀ ਕੁਐਸਚਨ ਕਰ ਰਿਹਾ ਵੀ ਹੁਣ ਚੰਗਾ ਲੱਗਦਾ ਕਿ ਅਸੀਂ ਰੋਕੀਏ ਤੁਹਾਨੂੰ ਆਪ ਨੂੰ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਨਾ ਕਰੋ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਲੋਕਾਂ ਵਾਸਤੇ ਵੀ ਠੀਕ ਨਹੀਂ ਡੈਮੋਕ੍ਰੇਸੀ ਵਾਸਤੇ ਵੀ ਠੀਕ ਇਹ ਲਿਖਤੀ ਸ਼ਿਕਾਇਤ ਦਿੱਤੀ ਜੀ ਪੁਲਿਸ ਨੂੰ ਕੋਈ ਹੁਣ ਕੋਈ ਇਹ ਤਾਂ ਕ੍ਰਿਮੀਨਲ ਕੇਸ ਹੈ ਉਹ ਤਾਂ ਦੂਜਾ ਹੁਣੇ ਜਿਹੜੇ ਉਹ ਬਿਆਨ ਦੇਣਗੇ ਤਾਂ ਕ੍ਰਿਮੀਨਲ ਕੇਸ ਬਣਦੇ ਸਾਰਿਆਂ ਦੇ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਹੁਣ ਸਾਰੇ ਬੰਦੇ ਨਿਹੱਤੇ ਸੀ ਸਾਰਿਆਂ ਦੇ ਸਿਰਾਂ 'ਤੇ ਅੰਦਰੀ ਆ ਹੁਣ ਇਹ ਨਾ ਕਰਿਓ ਵੀ ਉਹ ਦੂਜਿਆਂ ਨੂੰ ਕਹੋ ਵੀ ਮਾੜੇ ਮਾੜੇ ਝਰੀਟਾ ਮਾਰ ਕੇ ਅਤੇ ਬਰਾਬਰ ਦੇ ਪਰਚੇ ਕਰ ਦਿਓ ਵੀ ਘੱਟੋ ਘੱਟ ਹੁਣ ਇੱਥੇ ਜ਼ਰੂਰ ਇਨਸਾਫ ਕਰਿਓ ਝਗੜੇ ਦਾ ਮੈਂ SHO ਵੀ ਹੁਣੇ ਆਏ ਸੀ ਕਿ ਇੱਥੇ ਦੇਖ ਕੇ ਗਏ DSP ਸਾਹਿਬ ਨਾਲ ਵੀ ਮੇਰੀ ਗੱਲ ਹੋਈ SSP ਸਾਹਿਬ ਨਾਲ ਵੀ ਮੇਰੀ ਦੋ ਤਿੰਨ ਵਾਰੀ ਗੱਲ ਬੋਲਿੰਗ ਦਾ ਕੀ ਹਾਲ ਹੈ ਮੈਂ ਉਮੀਦ ਕਰਦਾ ਕਿ ਘੱਟੋ ਘੱਟ ਹੁਣ ਇਨਸਾਫ ਜਿਹੜਾ ਇਹਨਾਂ ਲੋਕਾਂ ਨਾਲ ਹੋਏਗਾ ਇਸ ਮੌਕੇ DSP ਪਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣ ਦੀ ਕਾਰਵਾਈ ਕੀਤੀ ਜਾਵੇ ਹਰੀ ਕਲੀਅਰ ਨਹੀਂ ਹੋਇਆ ਜੀ ਕੁਛ ਕਿੰਨੇ ਲੋਕ ਆਪਸ 'ਚ ਹੀ ਸੀਗੇ ਲੋਕ ਨਹੀਂ ਨਹੀਂ ਕਲੀਅਰ ਹੋਇਆ ਪਿੰਡ ਵਿੱਚ ਪਿੰਡ 'ਚ ਸੀਗਾ ਵਾਰਡ ਨੰਬਰ 1 ਨਹੀਂ ਪਤਾ ਜੀ ਹਜੇ ਕਲੀਅਰ ਨਹੀਂ ਹੋਇਆ ਆਪਸ 'ਚ ਪੱਥਰਬਾਜ਼ੀ ਹੋ ਰਹੀ ਸੀ ਜਦੋਂ ਪੁਲਿਸ ਗਈ ਭੱਜ ਗਈ ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਕਈ ਕੋਰਸਾਂ ਨੂੰ ਆਰਜ਼ੀ ਤੌਰ ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਯੂਨੀਵਰਸਿਟੀ ਵੱਲੋਂ ਆਪਣੇ 3 ਕੈਂਪਸ 'ਚ ਸਵੈ ਵਿੱਤ ਸਹਾਇਕ ਲਈ
ਯੂਨੀਵਰਸਿਟੀ ਵੱਲੋਂ ਇਹ ਫੈਸਲਾ ਯੋਜਨਾਬੰਦੀ ਤੇ ਨਿਗਰਾਨੀ ਬੋਰਡ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ 16 ਅਜਿਹੇ ਕੋਰਸਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਦਾਖਲਾ ਪਿਛਲੇ 5 ਸਾਲਾਂ ਦੇ ਵਿੱਚ 95% ਤੋਂ ਘੱਟ ਰਿਹਾ ਹੈ। ਇਹਨਾਂ ਕੋਰਸਾਂ 'ਚ BCom, BBA, BCA, MTech, MCA ਅਤੇ ਵੱਖ-ਵੱਖ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ਾਮਿਲ ਨੇ। ਯੂਨੀਵਰਸਿਟੀ ਵੱਲੋਂ ਬਠਿੰਡਾ ਕੈਂਪਸ ਵਿੱਚ ਸਕੂਲ ਆਫ ਬਿਜ਼ਨਸ ਸਟੱਡੀਜ਼ 'ਚ ਚਲਾਏ ਜਾ ਰਹੇ MBA ਕੋਰਸ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਸ ਬਾਰੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰਵਨੀਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ। ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਖੀ ਦੀ ਪਹਿਲੀ ਸ਼ਤਾਬਦੀ ਮੌਕੇ ਪਾਕਿਸਤਾਨ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਦੇ ਸਿੱਖ ਸ਼ਰਧਾਲੂਆਂ ਲਈ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਿਹਤ ਵਿਭਾਗ ਵੱਲੋਂ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਯਾਤਰਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਜਥਾ 18 ਫਰਵਰੀ ਨੂੰ ਪਾਕਿਸਤਾਨ ਜਾਵੇਗਾ ਤੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਤੇ ਗੁਰਧਾਮਾਂ ਦੇ ਦਰਸ਼ਨ ਕਰਕੇ 25 ਫਰਵਰੀ ਨੂੰ ਦੇਸ਼ ਪਰਤ ਆਵੇਗਾ। ਉਹਨਾਂ ਦੱਸਿਆ ਕਿ ਪਾਕਿਸਤਾਨ ਰਵਾਨਗੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਜ਼ਰੂਰੀ ਹੈ। ਇਸ ਤੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ ਤੇ ਜਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ ਜੋ ਕੱਲ੍ਹ ਵੀ ਜਾਰੀ ਰਹੇਗਾ। Finding for a school to enroll in? Do you want to enhance your skills and abilities? Don't worry. Lala Kasturi Lal Sarvatkari Senior Secondary Vidya Mandir, affiliated to CBSE, offers you complete facilities of computer lab, high quality education, friendly environment with affordable fee structure and facility of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvatkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077. Are you worried about your child future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus 1 in commerce, arts and medical stream. Join Doon Senior Secondary Public School, Karyatwala, District Bathinda. Contact on 94179-40107 and 998847-2857. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279.